ਇਹ ਨੌਜਵਾਨ ਆਟੋ ਤੇ ਸਟੰਟ ਹੀ ਨਹੀਂ ਬਲਕਿ ਮੌਤ ਨੂੰ ਮਖੌਲਾ ਕਰ ਰਿਹਾ ਹੈ ਤੇ ਇਸ ਨੌਜਵਾਨ ਦੇ ਫੁਕਰੇਪਨ ਕਾਰਨ ਇੱਕ ਬੇਕਸੂਰ ਸ਼ਖਸ ਮੌਤ ਦੇ ਮੂੰਹ ਵਿੱਚ ਜਾ ਸਕਦਾ ਸੀ ਵੀਡੀਓ ਦਿੱਲੀ ਦੇ ਸਿਗਨੇਚਰ ਬ੍ਰਿਜ ਦੀ ਹੈ ਜਿੱਥੇ ਇੱਕ ਸਿਰਫਿਰਿਆ ਨੌਜਵਾਨ ਆਟੋ ਤੇ ਲਟਕ ਕੇ ਸਟੰਟ ਕਰਦਾ ਨਜ਼ਰ ਆਇਆ ਇੰਨਾ ਹੀ ਨਹੀਂ ਇਸ ਨਾਲ ਉਸਨੇ ਆਪਣੀ ਜਾਨ ਤਾਂ ਖਤਰੇ ਵਿੱਚ ਪਾਈ ਹੀ ਬਲਕਿ ਦੂਜਿਆਂ ਲਈ ਵੀ ਕਾਲ ਬਣ ਗਿਆ ਕਿਉਂਕਿ ਇਸ ਫੁਕਰਪੰਤੀ ਦੌਰਾਨ ਉਸ ਦੀ ਰੋਡ ਤੇ ਜਾ ਰਹੇ ਸਾਈਕਲ ਸਵਾਰ ਨਾਲ ਟੱਕਰ ਹੋ ਗਈ ਜਿਸ ਕਾਰਨ ਸਾਈਕਲ ਸਵਾਰ ਰੋਡ ਤੇ ਡਿੱਗ ਗਿਆ ਗਨੀਮਤ ਇਹ ਰਹੀ ਕਿ ਹਾਦਸੇ ਦੌਰਾਨ ਸਾਈਕਲ ਸਵਾਰ ਕਿਸੇ ਵੱਡੇ ਵਾਹਨ ਦੀ ਚਪੇਟ ਵਿੱਚ ਨਹੀਂ ਆਇਆ ਤੇ ਉਸ ਦੀ ਜਾਨ ਬਚ ਗਈ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਥਾਨਕ ਪੁਲਿਸ ਪ੍ਰਸ਼ਾਸਨ ਆਟੋ ਨੂੰ ਟ੍ਰੇਸ ਕਰਕੇ ਮੁਲਜ਼ਮ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ ਉੱਥੇ ਇਸ ਮਾਮਲੇ ਤੇ ਲੋਕਾਂ ਦੀ ਪ੍ਰਤੀਕਿਰਿਆ ਵੀ ਆ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਖਿਲਾਫ ਸਖਤ ਕਾਰਵਾਈ ਹੋਵੇ ਤਾਂ ਜੋ ਫੁਕਰਪੰਤੀ ਵਿੱਚ ਅਜਿਹੀ ਸਟੰਟਬਾਜ਼ੀ ਕਰਨ ਵਾਲਿਆਂ ਤੇ ਨਕੇਲ ਕੱਸੀ ਜਾਵੇ ਬਿਊਰੋ ਰਿਪੋਰਟ ABP ਸਾਂਝਾ Thank you.